ਅੱਛਾ ਅੱਛਾ ਭੰਡੀਰ ਸਾਹਿਬ ਆਏ ਨੇ, ਉਹ ਤਾਂ ਬਹੁਤ ਵੱਡੇ ਨੇਤਾ ਨੇ, ਆਲ ਇੰਡੀਆ ਨੇਤਾ ਨੇ। ਪਹਿਲੀ ਗੱਲ ਕਿ ਫਾਰਮਰ ਸਾਡੇ ਭਰਾ ਨੇ, ਜਿਹੜੇ ਅਸਲੀ ਫਾਰਮਰ ਨੇ। ਜਥੇਬੰਦੀਆਂ ਤਾਂ ਆਪਣੀਆਂ ਪੋਲੀਟਿਕਸ ਖੇਡਦੀਆਂ, ਆਪਣੀ ਲੀਡਰਸ਼ਿਪ ਚਮਕਾਉਂਦੀਆਂ। ਸਾਡਾ ਓਬਜੈਕਟਿਵ ਬੜਾ ਕਲੀਅਰ ਆ ਕਿ ਫਾਰਮਰਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ। ਵਿਰੋਧ ਕਰਨਾ, ਇਹ ਤਾਂ ਜਥੇਬੰਦੀਆਂ ਪੋਲੀਟਿਕਸ ਪਲੇ ਕਰਦੀਆਂ ਆ, ਲੋਕਾਂ ਨੂੰ ਪਰੇਸ਼ਾਨ ਕਰਦੀਆਂ। ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ। ਜਿੱਥੇ ਮਰਜ਼ੀ ਆ ਕੇ ਡੈਮੋਸਟ੍ਰੇਸ਼ਨ ਕਰਨੀ, ਜੋ ਲੋਕਾਂ ਨੂੰ ਤੰਗ ਕਰਨਾ, ਆਪਣੀ ਲੀਡਰੀ ਚਮਕਾਉਣੀ, ਚਮਕਾ ਦਿਓ ਮੇਰੇ ਅਗੇਂਸਟ। ਜਿਹੜਾ ਗੱਲ ਕਰ ਰਿਹਾ, ਜਿਹੜਾ ਕਿਸਾਨਾਂ ਦੀ ਇਨਕਮਾਂ ਇਨਕਰੀਜ਼ ਕਰਨ ਦੀ ਕੰਕਰੀਟ ਪ੍ਰਪੋਜ਼ਲ ਦੇ ਰਿਹਾ, ਉਹਦੇ ਅਗੇਂਸਟ ਆ ਕੇ ਕਹਿੰਦੇ ਅਸੀਂ ਡੈਮੋਸਟ੍ਰੇਸ਼ਨ ਕਰਨੀ ਆ। ਇਹ ਔਜਲਾ ਸਾਹਿਬ ਪਿਛਲੇ 8 ਸਾਲ ਦੇ ਐਗਰੀਕਲਚਰ ਕਮੇਟੀ ਦੇ ਮੈਂਬਰ ਨੇ, ਇਹਨਾਂ ਦੇ ਸਾਹਮਣੇ ਜਾ ਕੇ ਡੈਮੋਸਟ੍ਰੇਸ਼ਨ ਕਰਦੇ। ਸਿੱਧੂ ਸਾਹਿਬ, ਧਰਨਾ ਸ਼ੁਰੂ ਕੀਤਾ ਗਿਆ, ਸਵਾਲ ਪੁੱਛ ਕੀਤੇ ਗਏ ਨੇ ਸਰਵਣ ਭਦੇਰਾ ਵੱਲੋਂ। ਅੱਛਾ ਅੱਛਾ, ਭੰਡੇਰ ਸਾਹਿਬ ਆਏ ਨੇ, ਉਹ ਤਾਂ ਬਹੁਤ ਵੱਡੇ ਨੇਤਾ ਨੇ, ਆਲ ਇੰਡੀਆ ਨੇਤਾ ਨੇ। ਅਸੀਂ ਤਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ। ਪਹਿਲੀ ਗੱਲ ਕਿ ਫਾਰਮਰ ਸਾਡੇ ਭਰਾ ਨੇ, ਜਿਹੜੇ ਅਸਲੀ ਫਾਰਮਰ ਨੇ। ਇਹ ਜਥੇਬੰਦੀਆਂ ਤਾਂ ਆਪਣੀਆਂ ਪੋਲੀਟਿਕਸ ਖੇਡਦੀਆਂ, ਆਪਣੀ ਲੀਡਰਸ਼ਿਪ ਚਮਕਾਉਂਦੀਆਂ। ਮੈਂ ਫਾਰਮਰਸ ਦੇ ਇਸ਼ੂ 'ਚ ਬਹੁਤ ਕਲੀਅਰ ਹਾਂ, ਕਲੀਅਰ ਪ੍ਰਪੋਜ਼ਲਸ ਪੁੱਟ ਅਪ ਕੀਤੀਆਂ ਨੇ ਕਿ ਸਭ ਤੋਂ ਮੇਨ ਓਬਜੈਕਟਿਵ ਆ ਕਿ ਫਾਰਮਰਸ ਦੀਆਂ ਇਨਕਮਾਂ ਵਧਣ, ਉਹ ਇੰਡਸਟਰੀ ਵਧਾਵੇ, ਕੋਆਪਰੇਟਿਵ ਵਧਾਵੇ। ਮੈਂ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਕਿਉਂਕਿ ਅੰਮ੍ਰਿਤਸਰ ਦੇਖੋ ਵੇਰਕਾ ਕੋਆਪਰੇਟਿਵ ਹੈਗੀ ਆ, ਇਸ ਤਰ੍ਹਾਂ ਦੀਆਂ ਕਈ ਹੋਰ ਕੋਆਪਰੇਟਿਵ ਬਣ ਸਕਦੀਆਂ, ਜਾਂ ਯੂਨੀਅਨ ਵਧਾਵੇ। ਸਾਡਾ ਓਬਜੈਕਟਿਵ ਬੜਾ ਕਲੀਅਰ ਆ ਕਿ ਫਾਰਮਰਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ। ਉਹਦੇ 'ਚ ਮੈਂ ਕਲੀਅਰ 3 ਪ੍ਰਪੋਜ਼ਲਸ ਪੁੱਟ ਫਾਰਵਰਡ ਕੀਤੀਆਂ ਨੇ। ਹੋ ਸਕਦਾ ਫਾਰਮਰ ਕਈ ਹੋਰ ਵੀ ਪੁਟਾਪ ਕਰਨ, ਜਿਸ ਤਰ੍ਹਾਂ ਮੈਂ ਬਾਰਡਰ 'ਚ ਗਿਆ ਸੀਗਾ, ਉਹਨਾਂ ਨੂੰ ਤਾਰ ਦੀ ਪ੍ਰੋਬਲਮ ਆ, ਉਹਨਾਂ ਨੇ ਉਹ ਰੇਜ਼ ਕੀਤੀ, ਮੈਂ ਉਹ ਟੇਕਅਪ ਵੀ ਕੀਤੀ, ਕਈ ਚੀਜ਼ਾਂ ਰਿਜ਼ੋਲਵ ਵੀ ਹੋਈਆਂ। ਇਸ ਕਰਕੇ ਮੇਰੀ ਰਿਕੁਐਸਟ ਇਹ ਆ, ਜਿਹੜੇ ਵੀ ਕਿਸਾਨ ਭਰਾ ਨੇ, ਕਦੀ ਵੀ ਵੈਲਕਮ ਨੇ, ਲੇਕਿਨ ਮੇਰੀ ਚੀਜ਼ ਜਿਹੜੀ ਆ, ਜਿਹੜੀ ਮੇਰੀ ਪ੍ਰਪੋਜ਼ਲ ਆ, ਉਹ ਉਹਨਾਂ ਤੱਕ ਪਹੁੰਚਣਾ ਚਾਹੀਦਾ। ਬਾਕੀ ਦੇਖੋ ਵਿਰੋਧ ਕਰਨਾ, ਇਹ ਤਾਂ ਜਥੇਬੰਦੀਆਂ ਪੋਲੀਟਿਕਸ ਪਲੇ ਕਰਦੀਆਂ ਆ, ਲੋਕਾਂ ਨੂੰ ਪਰੇਸ਼ਾਨ ਕਰਦੀਆਂ। ਉਹ ਫਾਰਮਰਸ ਨੂੰ ਵੀ ਪਰੇਸ਼ਾਨ ਕਰਦੇ ਆ, ਆਪਣੀ ਲੀਡਰੀ ਚਮਕਾਉਣੀ ਆ ਜੀ ਆਇਆਂ ਨੂੰ, ਜਿੱਥੇ ਮਰਜ਼ੀ ਕਰਦੇ ਫਿਰੋ। ਮੈਂ ਜਿਹੜੇ ਆਪਣੇ ਓਬਜੈਕਟਿਵ 'ਚ ਆ, ਉਹ ਕਲੀਅਰ ਆ। ਦੇਖੋ ਹਿਸਟਰੀ ਜੋ ਮਰਜ਼ੀ ਕਰਦੇ ਰਹਿਣਾ, ਮੈਂ ਅੰਮ੍ਰਿਤਸਰ ਦਾ ਵਿਚੋਲਾ ਬਣਨ ਨੂੰ ਤਿਆਰ ਆ। ਅੰਮ੍ਰਿਤਸਰ ਦੇ ਫਾਰਮਰਸ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ, ਉਹ ਪ੍ਰੋਡਕਟਿਵਿਟੀ ਇਨਕਰੀਜ਼ ਦੇ ਥਰੂ ਵਧਣ। ਤੁਸੀਂ ਸਮਝਦੇ ਹੋ, ਉਹ ਮੈਂ ਜ਼ਿਆਦਾ ਐਕਸਪਲੇਨ ਨਹੀਂ ਕਰਦਾ। ਲੇਕਿਨ ਦੂਸਰਾ ਇਹ ਡਾਇਵਰਸੀਫਿਕੇਸ਼ਨ ਦੀ ਗੱਲ ਹੁੰਦੀ, ਸਾਡੇ ਤੇ ਆਲਰੇਡੀ ਡਾਇਵਰਸੀਫਿਕੇਸ਼ਨ ਹੈਗੀ ਆ। ਸਾਡੇ ਇੱਥੇ ਸਬਜ਼ੀਆਂ, ਫਲ, ਫਰੂਟ ਗਰੋ ਕਰਦੇ ਹਾਂ, ਅਤੇ 3 ਦਿਨ ਪਹਿਲਾਂ ਲੁੱਲੂ ਗਰੁੱਪ, ਜਿਹੜਾ ਸਭ ਤੋਂ ਵੱਡਾ UAE ਦਾ ਗਰੁੱਪ ਹੈ, ਜਿਹੜਾ ਪਹਿਲਾਂ ਗੱਲ ਕਰਦੇ ਸੀ
ਉਹ ਇੰਪਲੀਮੈਂਟੇਸ਼ਨ 'ਚ ਵੀ ਆਉਣਾ ਸ਼ੁਰੂ ਹੋ ਗਿਆ। ਅਗਰ ਉਹ ਇੱਥੇ ਆ ਕੇ ਸਾਡੇ ਫਾਰਮਰਸ ਦੇ ਪ੍ਰੋਡਕਟਸ ਖਰੀਦਦੇ ਨੇ ਤਾਂ ਉਹਦਾ ਕਿੰਨੂ ਘਾਟ ਹੈ? ਉਹਦੀ ਤਾਂ ਕਦੀ ਗੱਲ ਨਹੀਂ ਸੁਣੀ। ਬਾਕੀ ਮੈਂ ਗਾਂ ਤੀਜੀ ਗੱਲ ਵੀ ਕੀਤੀ ਸੀ ਵੇਸਟ ਪ੍ਰੋਡਕਟ ਦੀ, ਇਹਨਾਂ ਨੇ ਕਿੰਨਿਆਂ ਨੂੰ ਜਾ ਕੇ ਦੱਸਿਆ? ਉਹ ਤਾਂ ਡਿਮਾਂਡ ਨਹੀਂ ਮੈਂ ਦੇਖੀ ਕਿ ਪਰਾਲੀ ਦਾ ਆਹ ਸਮਾਧਾਨ ਹੈ, ਹਨੀਵੈਲ ਕੰਪਨੀ ਨੂੰ ਇੱਥੇ ਬੁਲਾਓ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਦੇਖੋ ਸਾਡਾ ਓਬਜੈਕਟਿਵ ਆ ਵਿਚਾਰੇ ਫਾਰਮਰ ਨੂੰ ਪਤਾ ਹੋਵੇ, ਉਹ ਬਾਰ ਬਾਰ ਪਰਾਲੀ ਜਲਾਉਂਦਾ ਰਹੇ ਅਤੇ ਤੁਸੀਂ ਆਪਣੀ ਲੀਡਰੀ ਚਮਕਾਉਂਦੇ ਰਹੋ, ਇਹ ਤਾਂ ਫਿਰ ਗਲਤ ਗੱਲ ਹੈ ਨਾ। ਬਾਕੀ ਦੇਖੋ ਮੈਂ ਹੱਥ ਜੋੜ ਕੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਵੀ ਕਿਸਾਨ ਪਰਿਵਾਰ 'ਚੋਂ ਆਉਂਦਾ ਹਾਂ, ਮੇਰੀਆਂ ਪ੍ਰਪੋਜ਼ਲਸ ਬੜੀਆਂ ਸੀਰੀਅਸ ਨੇ। ਦੂਜੀ ਗੱਲ, ਇਹ ਜਥੇਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ। ਜਿੱਥੇ ਮਰਜ਼ੀ ਆ ਕੇ ਡੈਮੋਨਸਟ੍ਰੇਸ਼ਨ ਕਰਨੀ, ਜੋ ਲੋਕਾਂ ਨੂੰ ਤੰਗ ਕਰਨਾ ਆਪਣੀ ਲੀਡਰੀ ਚਮਕਾਉਣੀ ਚਮਕਾ ਲਓ, ਲੇਕਿਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਬੇੜਾ ਚੁੱਕਿਆ, ਮੈਂ ਤੁਹਾਡੇ ਤੋਂ ਡਰ ਜਾਵਾਂਗਾ, ਇਹ ਭੁੱਲ ਜਾਓ। ਭੰਡੇਰ ਹੋਵੇ, ਉਹਦਾ ਪਿਓ ਵੀ ਹੋਵੇ, ਇਹ ਕੰਮ ਜਥੇਬੰਦੀਆਂ ਦੀਆਂ ਲੀਡਰਸ਼ਿਪ ਦੀ ਨਹੀਂ ਆ। ਆਪਾਂ ਦੇਖੋ, ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਂ ਨਾਲ ਕਨੈਕਟਡ ਨੇ, ਕਿਉਂਕਿ ਉਹ ਅੰਮ੍ਰਿਤਸਰ ਤੋਂ ਆਉਂਦੇ ਨੇ। ਉਹਨਾਂ ਦੀ ਰਿਸਪੋਂਸੀਬਿਲਟੀ ਆ ਕਿ ਸਭ ਤੋਂ ਪਹਿਲਾਂ ਲੀਡਰਸ਼ਿਪ ਆਪਣੀ ਬਾਹਰ ਚਮਕਾਉਣ, ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰਸ ਦੀ ਜਿਹੜੀਆਂ ਪ੍ਰੋਬਲਮਸ ਨੇ, ਜਿਹੜੇ ਮੈਂ ਸਲਿਊਸ਼ਨ ਦੱਸੇ ਨੇ, ਉਹਨਾਂ 'ਚ ਕੁਛ ਵਾਧਾ ਪਾਉਣ, ਉਹਦੇ 'ਚ ਕੋਈ ਕੰਸਟਰਕਟਿਵਲੀ ਐਡ ਕਰਨ। ਨਹੀਂ, ਮੈਂ ਇੱਕ ਮਿੰਟ ਗੱਲ ਸੁਣੋ ਭਾਈ ਸਾਹਿਬ, ਮੈਂ ਤਾਂ ਕਿਸਾਨਾਂ ਨੂੰ ਮਿਲਦਾ ਆ। ਤੁਸੀਂ ਕਹਿੰਦੇ ਹੋ ਕਿ ਉਹ ਤਾਂ ਆਪਣੀ ਲੀਡਰਸ਼ਿਪ ਚਮਕਾਉਣ ਆਏ ਨੇ, ਮੇਰੇ ਘਰ ਦੇ ਬਾਹਰ ਆਏ ਨੇ, ਨਾਰੇ ਲਾਉਣ, ਲੋਕਾਂ ਨੂੰ ਤੰਗ ਕਰਨ ਆਏ ਆ। ਮੇਰੇ ਨਾਲ ਗੱਲ ਕਰਨੀ ਹੋਵੇ ਤੇ ਮੈਂ ਤਾਂ ਕਿਸੇ ਵੀ ਕਿਸਾਨ ਭਰਾ ਨੂੰ ਮੈਂ ਜਾਂਦਾ ਆ, ਪਿੰਡਾਂ 'ਚ ਵੀ ਗੱਲ ਕਰਦਾ ਆ। ਮੈਂ ਤਾਂ ਆਪਣੀ ਓਪਨ, ਮੇਰਾ ਤੁਸੀਂ ਵਿਜ਼ਨ ਡਾਕੂਮੈਂਟ ਦੇਖੋ, ਉਹਦੇ 'ਚ ਐਗਰੀਕਲਚਰ ਦੀ ਗੱਲ ਹੈ। ਗੱਲ ਸੀਰੀਅਸਲੀ ਕਰਨੀ ਆ ਤੇ ਆਹ ਟੀਵੀ ਕੈਮਰਿਆਂ ਨਾਲ ਇਹ ਲੀਡਰਸ਼ਿਪ ਚਮਕਾਉਣ ਨਾਲ, ਪੋਲੀਟਿਕਸ ਖੇਡਣ ਨਾਲ ਤਾਂ ਥੋੜ੍ਹਾ ਹੁੰਦੀ ਹੈ। ਮੈਨੂੰ ਇੱਕ ਗੱਲ ਦੱਸੋ, ਮੇਰੇ ਅਗੇਂਸਟ ਜੀ ਜਿਹੜਾ ਗੱਲ ਕਰ ਰਿਹਾ, ਜਿਹੜਾ ਕਿਸਾਨਾਂ ਦੀ ਇਨਕਮਾਂ ਇਨਕਰੀਜ ਕਰਨ ਦੀ ਕੰਕਰੀਟ ਪ੍ਰਪੋਜ਼ਲ ਦੇ ਰਿਹਾ, ਉਹਦੇ ਅਗੇਂਸਟ ਆ ਕੇ ਕਹਿੰਦੇ ਅਸੀਂ ਡੈਮੋਨਸਟ੍ਰੇਸ਼ਨ ਕਰਨੀ ਆ। ਇਹ ਔਜਲਾ ਸਾਹਿਬ ਪਿਛਲੇ 8 ਸਾਲ ਦੇ ਐਗਰੀਕਲਚਰ ਕਮੇਟੀ ਦੇ ਮੈਂਬਰ ਨੇ, ਇਹਨਾਂ ਦੇ ਸਾਹਮਣੇ ਨਹੀਂ ਜਾ ਕੇ ਡੈਮੋਨਸਟ੍ਰੇਸ਼ਨ ਕਰਦੇ, ਇਹਨਾਂ ਨੂੰ ਨਹੀਂ ਪੁੱਛਦੇ ਇਹ ਕੀ ਕੁਛ ਕੰਮ ਹੋਊਗਾ ਇਹਨਾਂ ਦਾ। ਵੀ ਕਮੇਟੀ ਦੇ ਮੈਂਬਰ ਨੇ ਕੀ ਬੋਲਿਆ, ਕਮੇਟੀ 'ਚ ਕੀ ਬੋਲਿਆ, ਕੀ ਪ੍ਰਪੋਜ਼ਲ ਰੱਖੀ, ਕੀ ਆਪਣੇ ਅੰਮ੍ਰਿਤਸਰ ਦੇ ਕਿਸਾਨਾਂ ਲਈ ਉਹਨਾਂ ਨੇ ਸੋਚਿਆ। ਮੈਂ ਤੇ ਕਿੰਨੇ 15 ਤੋਂ 20 ਗੁਣਾਂ ਦੀ ਗੱਲ ਕਰ ਰਿਹਾ। ਦੇਖੋ ਡਾਇਵਰਸੀਫਿਕੇਸ਼ਨ ਦੀ ਗੱਲ ਹੁੰਦੀ ਆ, ਸਾਡੇ ਅੰਮ੍ਰਿਤਸਰ 'ਚ ਤਾਂ ਡਾਇਵਰਸੀਫਿਕੇਸ਼ਨ ਆਲਰੇਡੀ ਹੋ ਰਹੀ ਆ।